ਤਸਵੀਰਾਂ ਦੇ ਵਿੱਚ ਦਿਖ ਰਹੀ ਇਹ ਚਿੱਟੀ ਗੱਡੀ ਜਿਸ ਤੇ ਗੋਲੀਆਂ ਚੱਲੀਆਂ ਨੇ, ਪੂਰੀ ਗੱਡੀ ਦੀ ਭੰਨਤੋੜ ਕਰ ਦਿੱਤੀ ਗਈ ਹੈ। ਦੋ ਧਿਰਾਂ ਆਪਸ ਦੇ ਵਿੱਚ ਟਕਰਾ ਗਈਆਂ ਨੇ ਤੇ ਇਸੇ ਦੌਰਾਨ ਇੱਟਾਂ ਪੱਥਰ ਰੋੜੇ ਗੋਲੀਆਂ ਤੱਕ ਚੱਲ ਗਈਆਂ ਨੇ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਦੀਆਂ, ਜਿੱਥੇ ਫਾਇਰਿੰਗ ਹੋਈ ਹੈ। ਦੋ ਧਿਰਾਂ ਦੇ ਵਿਚਾਲੇ ਲੜਾਈ ਦੌਰਾਨ ਗੋਲੀਆਂ ਚੱਲੀਆਂ ਨੇ। ਆਪਸੀ ਰੰਜਿਸ਼ ਨੂੰ ਲੈ ਕੇ ਦੋਨੇ ਧਿਰਾਂ ਦੀ ਲੜਾਈ ਹੋਈ, ਜਿਸ ਤੋਂ ਬਾਅਦ ਰਾਹ ਦੇ ਵਿੱਚ ਹੀ ਇਹ ਗੱਡੀ ਖੜੀ ਹੋਈ ਹੈ। ਆਲੇ ਦੁਆਲੇ ਕੋਈ ਵੀ ਸ਼ਖਸ ਜਾਂ ਜ਼ਖਮੀ ਨਹੀਂ ਦਿਖ ਰਿਹਾ, ਕਿਉਂਕਿ ਦੋਨੇ ਧਿਰਾਂ ਲੜ ਕੇ ਫਰਾਰ ਹੋ ਗਈਆਂ। ਜਿਵੇਂ ਹੀ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਤਾਂ ਦੋਨੇ ਧਿਰਾਂ ਫਰਾਰ ਹੋ ਜਾਂਦੀਆਂ ਨੇ ਅਤੇ ਹੁਣ ਪੁਲਿਸ ਨੇ ਇਸ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ। ਝੜਪ ਦੌਰਾਨ ਇਸ ਕਾਰ ਦੀ ਭੰਨਤੋੜ ਕੀਤੀ ਗਈ ਹੈ। ਦੇਖ ਸਕਦੇ ਹੋ ਹੈੱਡਲੈਂਪ, ਜਿਹੜਾ ਮੂਹਰੇ ਵਿੰਡਸ਼ੀਲਡ, ਸਾਰੀ ਚੀਜ਼ਾਂ ਭੰਨ ਦਿੱਤੀਆਂ ਗਈਆਂ ਨੇ। ਤਾਂ ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਦੀਆਂ, ਜਿੱਥੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਹੈ। ਇਸ ਲੜਾਈ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ। ਤਾਂ ਤਸਵੀਰਾਂ ਬਹੁਤ ਹੀ ਭਿਆਨਕ ਨੇ, ਕਿਉਂਕਿ ਇਹ ਗੱਡੀ ਦਾ ਹਾਲ ਤੁਸੀਂ ਦੇਖ ਸਕਦੇ ਹੋ। ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਇਹ ਲੜਾਈ ਹੋਈ ਹੈ। ਇੱਕ ਦੂਜੇ ਦੇ ਸੱਟਾਂ ਮਾਰੀਆਂ ਗਈਆਂ ਨੇ। ਤਾਂ ਦੋ ਧਿਰਾਂ ਵਿਚਕਾਰ ਇਹ ਲੜਾਈ ਖੂਨੀ ਰੂਪ ਧਾਰਨ ਕਰ ਚੁੱਕੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਦੀਆਂ। ਤਾਂ ਪੰਜਾਬ ਦੇ ਵਿੱਚ ਦਿਨ ਬਰ ਦਿਨ ਜਿਹੜਾ ਮਾਹੌਲ ਹੈ ਉਹ ਲਗਾਤਾਰ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ। ਲੋਕ ਆਪਸ ਦੇ ਵਿੱਚ ਲੜਾਈਆਂ ਕਰਦੇ ਨੇ, ਮਿੰਟ ਤੋਂ ਪਹਿਲਾਂ ਗੋਲੀਆਂ ਚਲਾਉਣ ਲੱਗ ਜਾਂਦੇ ਨੇ। ਗੋਲੀਆਂ ਚਲਾਉਣਾ ਅੱਜ ਦੇ ਸਮੇਂ ਦੇ ਵਿੱਚ ਆਮ ਜਿਹੀ ਗੱਲ ਲੱਗਣ ਲੱਗ ਪਈ ਹੈ। ਹਾਲਾਂਕਿ ਸਰਕਾਰ ਦੇ ਵੱਲੋਂ ਨਜਾਇਜ਼ ਅਸਲੇ ਰੱਖਣੇ ਬੰਦ ਕੀਤੇ ਗਏ ਨੇ ਅਤੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਦੇ ਕੋਲ ਨਜਾਇਜ਼ ਅਸਲੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਅਤੇ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਸਲਿਆਂ ਦੇ ਨਾਲ ਤਸਵੀਰਾਂ ਖਿਚਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਨਹੀਂ ਕਰ ਸਕਦੇ ਤੁਸੀਂ, ਤਾਂ ਫਿਰ ਵੀ ਜਿਹੜੀ ਗੋਲੀਆਂ ਚੱਲ ਰਹੀਆਂ ਨੇ ਇਹਨਾਂ 'ਤੇ ਰੋਕਥਾਮ ਨਹੀਂ ਹੋ ਰਹੀ। ਤਾਂ ਤਲਵੰਡੀ ਸਾਬੋ ਦਾ ਇਹ ਪਿੰਡ ਹੈ ਜਗ੍ਹਾ ਰਾਮ ਤੀਰਥ, ਜਿੱਥੇ ਫਾਇਰਿੰਗ ਹੋਈ ਹੈ, ਦੋ ਧਿਰਾਂ ਦੇ ਵਿਚਕਾਰ ਲੜਾਈ ਹੋਈ ਹੈ, ਆਪਸੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪੁਲਿਸ ਪਹੁੰਚੀ ਹੈ, ਉਹਨਾਂ ਦਾ ਕੀ ਕਹਿਣਾ ਆਓ ਜਾਣਦੇ ਹਾਂ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਏਐਸਆਈ ਅਕਸ਼ੇ ਕੁਮਾਰ। ਅਸੀਂ ਕੀ ਕਹਿਣਾ ਚਾਹੁੰਦੇ ਆ, ਕਾਰ ਖੜੀ ਹੈ, ਸਵੇਰੇ ਲੜਾਈ ਹੋਈ ਹੈ ਇੱਥੇ ਆਪਸ 'ਚ। ਹਾਂਜੀ, ਕਾਰ ਵਾਲੇ ਮੁੰਡੇ ਨੇ ਬਚਣ ਵਾਸਤੇ ਕਹਿੰਦੇ ਫਾਇਰਿੰਗ ਫੁਰਿੰਗ ਵੀ ਕੀਤੀ ਹੈ। ਅੱਛਾ, ਹੁਣ ਜਦੋਂ ਅਸੀਂ ਆਏ ਉਦੋਂ ਤੱਕ ਸਾਰੇ ਇੱਧਰ ਉੱਧਰ ਹੋ ਗਏ ਸੀ, ਚਲੇ ਗਏ। ਜਾਂਚ ਹੋ ਰਹੀ ਹੈ ਮਾਮਲੇ? ਹਾਂ, ਮਾਮਲੇ ਜਾਂਚ ਹੋ ਰਹੀ ਹੈ। ਐਸਐਚਓ ਸਾਹਿਬ ਵੀ ਆ ਕੇ ਗਏ ਆ ਹੁਣੇ, ਪੜਤਾਲ ਕਰੀ ਜਾਂਦੇ ਕੀ ਬਸ। ਗੋਲੀਆਂ ਗੋਲੀਆਂ ਚੱਲੀਆਂ ਕੋਈ? ਸੁਣਿਆ ਕਿ ਫਾਇਰ ਹੋਇਆ। ਠੀਕ, ਕਲੀਅਰ ਹੈ ਨਹੀਂ ਕਿਉਂਕਿ ਖੋਲ ਵਗੈਰਾ ਬਰਾਮਦ ਨਹੀਂ ਹੋਇਆ। ਅੱਛਾ ਅੱਛਾ, ਦੋ ਤਰ੍ਹਾਂ ਵਿਚਕਾਰ? ਹਾਂ, ਦੋ ਤਰ੍ਹਾਂ ਵਿਚਕਾਰ। ਅਤੇ ਕਾਰ ਫੁੱਟ ਗਈ ਜੀ? ਕਾਰ ਭੰਨੀ ਗਈ ਹੈ। ਠੀਕ ਹੈ।